ਰਾਮ ਮੰਦਿਰ ਮੱਥਾ ਟੇਕਣ ਗਏ ਬੱਚੇ ਨਹੀਂ ਮੁੜੇ ਵਾਪਸ। ਪਟਿਆਲੇ ਤੋਂ ਅਯੋਧਿਆ ਗਏ ਸੀ ਮੱਥਾ ਟੇਕਣ ਸ਼ਰਧਾਲੂਆਂ ਦੇ ਨਾਲ। ਭਰੀ ਹੋਈ ਬੱਸ ਦੇ ਵਿੱਚ ਮਾਪਿਆਂ ਨੇ ਦੋਹਾਂ ਨੂੰ ਲੋਕਾਂ ਦੇ ਨਾਲ ਭੇਜ ਦਿੱਤਾ ਸੀ ਤੇ ਹੁਣ ਜਦੋਂ ਵਾਪਸ ਨਹੀਂ ਪਰਤੇ ਮਾਂ ਨੂੰ ਦੰਦਲਾਂ ਪੈ ਰਹੀਆਂ ਨੇ। ਜੀ ਹਾਂ, ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਦੋ ਬੱਚੇ ਜਿਹੜੇ ਨੇ ਉਹ ਗਾਇਬ ਨੇ। ਦਰਅਸਲ ਤੁਹਾਨੂੰ ਦੱਸੀਏ ਕਿ ਮੁਹੱਲੇ ਦੇ ਵਿੱਚੋਂ ਇੱਕ ਬੱਸ ਅਯੋਧਿਆ ਜਾ ਰਹੀ ਸੀ ਜਿੱਥੇ ਰਾਮ ਮੰਦਿਰ ਦੇ ਦਰਸ਼ਨ ਕਰਨ ਦੇ ਲਈ ਅਨੇਕਾਂ ਸ਼ਰਧਾਲੂ ਜਾ ਰਹੇ ਸਨ। ਉਹਨਾਂ ਦੇ ਵਿੱਚੋਂ ਇੱਕ 21 ਸਾਲਾਂ ਦਾ ਮੁੰਡਾ ਜੋ ਇਹਨਾਂ ਦੋ ਨਿੱਕੇ ਬੱਚਿਆਂ ਨੂੰ ਆਪਣੇ ਨਾਲ ਲੈ ਗਿਆ। ਦਰਅਸਲ ਪਰਿਵਾਰ ਦਾ ਕਹਿਣਾ ਹੈ ਕਿ ਉਹ ਮੁੰਡਾ ਇਹਨਾਂ ਦੋਹਾਂ ਬੱਚਿਆਂ ਨੂੰ ਨਾਲ ਲੈ ਕੇ ਜਾਣ ਦੀ ਜ਼ਿੰਮੇਵਾਰੀ ਚੁੱਕਦਾ ਹੈ, ਜਿਸ ਤੋਂ ਬਾਅਦ ਹੀ ਪਰਿਵਾਰ ਉਹਨਾਂ ਨੂੰ ਭੇਜਣ ਲਈ ਹਾਮੀ ਭਰਦਾ ਹੈ। ਦਰਅਸਲ ਜਿਵੇਂ ਹੀ ਪੂਰੀ ਬੱਸ ਅਯੋਧਿਆ ਪਹੁੰਚਦੀ ਹੈ ਉੱਥੇ ਕੁਝ ਲੋਕ ਇਸ਼ਨਾਨ ਕਰਦੇ ਨੇ ਤਾਂ ਬੱਚੇ ਵੀ ਉੱਥੇ ਇਸ਼ਨਾਨ ਕਰਦੇ ਨੇ, ਜਿਸ ਤੋਂ ਬਾਅਦ ਉਹ 21 ਸਾਲਾਂ ਦਾ ਮੁੰਡਾ ਜੋ ਕਿ ਇਹਨਾਂ ਦੋਹਾਂ ਬੱਚਿਆਂ ਦਾ ਧਿਆਨ ਨਹੀਂ ਰੱਖ ਸਕਿਆ। ਇਸ ਤਰੀਕੇ ਦਾ ਪਰਿਵਾਰ ਦਾ ਕਹਿਣਾ ਹੈ ਕਿ ਦੋਹਾਂ ਬੱਚਿਆਂ ਦਾ ਧਿਆਨ ਨਹੀਂ ਰੱਖਿਆ ਗਿਆ ਤਾਂ ਕਰਕੇ ਦੋਨੇ ਗਵਾਚ ਗਏ ਨੇ। ਹਾਲਾਂਕਿ ਦਾਦੀ ਮਾਂ ਦਾ ਕਹਿਣਾ ਹੈ ਕਿ ਬੱਚੇ ਨਹਾਉਣ ਗਏ ਸੀ, ਸ਼ਾਇਦ ਉਹਨਾਂ ਦੀ ਮੌਤ ਹੋ ਗਈ ਹੈ। ਅਤੇ ਪਰ ਜੇ ਗੱਲ ਕਰੀਏ ਬਾਕੀ ਪਰਿਵਾਰ ਦੀ, ਪਿਤਾ, ਭਰਾ ਅਤੇ ਉਹ 21 ਸਾਲਾਂ ਦਾ ਮੁੰਡਾ ਜੋ ਜ਼ਿੰਮੇਵਾਰੀ ਚੁੱਕ ਕੇ ਲੈ ਕੇ ਗਿਆ ਸੀ ਉਹ ਹਾਲੇ ਵੀ ਅਯੋਧਿਆ 'ਚ ਨੇ। ਅਤੇ ਇਸ ਦੀ ਮੁੰਡਿਆਂ ਦੀ ਦਾਦੀ ਮਾਂ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਉੱਥੇ ਦੀ ਪੁਲਿਸ ਮਦਦ ਨਹੀਂ ਕਰ ਰਹੀ ਪਰਿਵਾਰ ਦੀ, ਕਿਉਂਕਿ ਇਲੈਕਸ਼ਨ ਹੈ। ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਇਲੈਕਸ਼ਨਾਂ ਤੋਂ ਬਾਅਦ ਆਇਓ ਤਾਂ ਤੁਹਾਡੇ ਬੱਚੇ ਲੱਭ ਕੇ ਦੇਵਾਂਗੇ। ਆ ਕਿਹੋ ਜਿਹੀ ਗੱਲ ਹੋਈ ਤੁਸੀਂ ਆਪ ਸੁਣ ਲਓ ਦਾਦੀ ਮਾਂ ਦੇ। ਤਾਂ ਦੱਸ ਦਈਏ ਕਿ ਦੋਹਾਂ ਬੱਚਿਆਂ ਦਾ ਨਾਂ ਤੁਹਾਨੂੰ ਦੱਸਦੇ ਹਾਂ, ਇੱਕ ਦਾ ਨਾਮ ਪ੍ਰਿੰਸ ਅਤੇ ਦੂਜੇ ਦਾ ਕਾਰਤਿਕ ਹੈ। ਤਾਂ ਜੇਕਰ ਤੁਹਾਨੂੰ ਇਹ ਬੱਚੇ ਕਿਤੇ ਦਿਖਣ ਤਾਂ ਜ਼ਰੂਰ ਪੁਲਿਸ ਨੂੰ ਇਤਲਾਹ ਕਰੋ ਇਹਨੂੰ ਖਬਰ ਨੂੰ, ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਅਯੋਧਿਆ ਲੋਕਾਂ ਤੱਕ ਪਹੁੰਚਾ ਦਿਓ। ਅਯੋਧਿਆ ਨੂੰ ਟੈਗ ਕਰੋ ਤਾਂ ਕਿ ਉੱਥੇ ਦੇ ਜਿਹੜੇ ਲੋਕ ਨੇ ਉਹ ਵੀ ਇਸ ਨੂੰ ਲੱਭਣ ਦੇ ਵਿੱਚ, ਇਹਨਾਂ ਦੋਹਾਂ ਮੁੰਡਿਆਂ ਨੂੰ ਲੱਭਣ ਦੇ ਵਿੱਚ ਕੋਸ਼ਿਸ਼ਾਂ ਕਰਨ, ਜਾਂ ਫਿਰ ਉਹਨਾਂ ਦੇ ਵਿੱਚੋਂ ਕਿਸੇ ਨੇ ਦੇਖਿਆ ਹੋਵੇ ਤਾਂ ਪਰਿਵਾਰ ਦੇ ਨਾਲ ਸੰਪਰਕ ਕਰ ਸਕੇ। ਤਾਂ ਪਟਿਆਲਾ ਦੇ ਦੋ ਬੱਚੇ ਅਯੋਧਿਆ ਗਏ ਸੀ, ਰਾਮ ਮੰਦਿਰ ਮੱਥਾ ਟੇਕਣ ਗਏ ਸੀ ਪਰ ਵਾਪਸ ਨਹੀਂ ਪਰਤੇ। 17 ਤਰੀਕ ਨੂੰ ਗਏ ਆ, ਦੋ ਢਾਈ ਵਜੇ ਬੱਸ ਚੱਲੀ ਆ ਉਹਦੇ 'ਤੇ। ਮੈਂ ਖੁਦ ਬਿਠਾ ਕੇ ਆਈ ਹਾਂ, ਮੈਂ ਚਮਨ ਨੂੰ ਕਹਿ ਕੇ ਆਈ, ਉਸਦਾ ਕਿਆ ਨਾਮ ਹੈ ਰਾਹੁਲ ਨੂੰ ਕਹਿ ਕੇ ਆਈ ਵੀ ਭਾਈ ਧਿਆਨ ਰੱਖਣਾ। ਅਤੇ ਉਹ ਕਹਿੰਦੇ ਹਾਂ ਆਂਟੀ ਮੇਰੀ ਜ਼ਿੰਮੇਦਾਰੀ ਹੈ। ਚਮਨ ਨੂੰ ਦੋ ਵਾਰੀ ਕਹਿ ਕੇ ਆਈ ਵੀ ਹਾਂ, ਉਹ ਵੀ ਕਹਿੰਦੇ ਆਂਟੀ ਬੇਫਿਕਰ ਹੋ, ਚਿੰਤਾ ਨਾ ਕਰੋ। ਵੀ ਫਿਰ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ, ਬੱਚੇ ਜਦੋਂ ਇਕੱਲੇ ਕਹੀਂ ਜਾ ਰਹੇ ਹਾਂ, ਭੇਜ ਰਹੇ ਹਾਂ ਤੁਸੀਂ ਇਕੱਲਿਆਂ ਨੂੰ, ਕੋਈ ਵੀ ਹੈ ਨਾਲ, ਵੀ ਕੋਈ ਹੋਰ ਵੀ ਤਾਂ ਹੋਣਾ ਚਾਹੀਦਾ। ਤਾਂ ਚਮਨ ਕਿ ਆਪ ਵੀ ਜ਼ਿੰਮੇਦਾਰੀ ਹੋਣੀ ਚਾਹੀਦੀ ਸੀ ਵੀ ਬੱਚੇ ਆਏ ਛੋਟੇ, ਉਹਨਾਂ ਨੂੰ ਨਾ ਭੇਜੀਏ। ਚਮਨ ਵੀ ਤਾਂ ਆਪਣੇ ਬੱਚੇ ਲੈ ਕੇ ਗਿਆ, ਹੁਣ ਉਹਨੇ ਆਪਣੇ ਭੇਜੇ ਭੇਜੇ ਆ ਕੋਈ, ਅਸੀਂ ਫਿਰ ਵੀ ਨਹੀਂ ਉਹ ਹੋਇਆ ਵੀ ਤਾਂ ਕੋਈ ਨਹੀਂ ਚਲੋ ਜਿਸ ਤਰ੍ਹਾਂ ਹੋਇਆ। ਫਿਰ ਵੀ ਉਹਨਾਂ ਨੇ ਝੂਠ ਬੋਲਿਆ ਉੱਥੇ, ਸਾਨੂੰ ਫੋਨ ਆਇਆ 6 ਵਜੇ ਕਹਿੰਦੇ ਜੀ ਬੱਚਾ ਗੁੰਮ ਗਿਆ ਵੀ ਤੁਸੀਂ ਉਹ ਕਰੋ, ਸਾਨੂੰ ਕੋਈ ਪਤਾ ਨਹੀਂ। ਫਿਰ ਅੱਗੇ ਕਿਹਾ ਵੀ ਕਿਵੇਂ ਗੁੰਮ ਗਿਆ, ਕਹਿੰਦੇ ਅੱਗੇ ਪਿੱਛੇ ਹੋ ਗਿਆ। ਉਹ ਤਾਂ ਕੱਲ੍ਹ ਸ਼ਿਬੂ ਗਏ ਅਤੇ ਬਾਅਦ ਪਤਾ ਲੱਗਿਆ ਵੀ ਹਾਂ ਉਹ ਤਾਂ ਨਹਾਉਣ ਗਏ ਅਤੇ ਅੱਗੇ ਪਿੱਛੇ ਦੋ ਪਾਲਟੀਆਂ ਬਣਾ ਰੱਖੀ ਸੀ, ਬੜੇ ਬੰਦੇ ਬਾਅਦ 'ਚ ਗਏ, ਛੋਟੇ ਪਹਿਲਾਂ ਭੇਜ ਦਈਏ 25 ਬੰਦਿਆਂ ਨੂੰ। ਫਿਰ ਜਦੋਂ ਡੁੱਬਿਆ 3 ਨਿਕਲਿਆ, ਬੜੇ ਬੜਿਆਂ ਉਹਨਾਂ ਨੂੰ ਛੋਟਿਆਂ ਨੂੰ ਨਹੀਂ ਕਢਵਾਇਆ, ਉਹ ਜਿਹੜੀ ਸੰਗਤ ਹੋਰ ਨਾਲ ਦੀ 25 ਬੰਦੇ ਉਹਨਾਂ ਨੇ ਕਿਉਂ ਨਹੀਂ ਕਿਹਾ ਵੀ ਹਾਂ ਸਾਡੇ ਦੋ ਬੱਚੇ ਹੋਰ ਹੈ ਉਰੇ। ਉਹ ਕਿਆ ਬੋਲ ਨਹੀਂ ਸਕਦੀਆਂ, ਸੰਗਤ ਤਾਂ ਸਾਰੀ ਸੰਗਤ ਹੀ ਹੁੰਦੀ ਹੈ, ਕੋਈ ਇਹ ਥੋੜ੍ਹੀ ਆ ਵੀ ਬੱਸ ਲੈ ਕੇ ਵਗ ਜਾਓ ਤਾਂ ਸੰਗਤ ਕੋਈ ਉਹ ਨਾ ਕੇਅਰ ਨਾ ਕਰੇ ਤੁਸੀਂ।
ਇੰਨਾ ਨਹੀਂ ਨਾ ਨਹੀਂ ਬਿਨਾਂ ਮਾਂ ਬਾਪ ਤੋਂ ਬੱਚਿਆਂ ਨੂੰ ਲੈ ਕੇ ਜਾਂਦੇ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਵੀ ਬਿਨਾਂ ਮਾਂ ਬਾਪ ਤੋਂ ਕਿਉਂਕਿ ਮਾਂ ਬਾਪ ਜ਼ਿੰਮੇਵਾਰੀ ਤੇ ਭੇਜਦੇ ਆ ਬੱਚੇ ਨੂੰ ਜ਼ਿੰਮੇਦਾਰੀ ਦੇ ਕੇ ਆਏ ਆ ਵਾਪਰ ਜਾਂਦਾ ਜ਼ਿੰਮੇਦਾਰੀ ਖੁਦ ਦੇ ਕੇ ਆਏ ਆ ਫਿਰ ਕਿਉਂ ਨਹੀਂ ਸਮਝੀ ਉਹਨਾਂ ਨੇ ਜ਼ਿੰਮੇਦਾਰੀ ਸਾਰੀ ਦੇ ਕੇ ਆਈ ਆ ਮੈਂ ਚਮਨ ਨੂੰ ਵੀ ਅਲੱਗ ਅਲੱਗ ਕਹਿ ਕੇ ਆਈ ਉਹਨੂੰ ਵੀ ਕਹਿ ਕੇ ਆਈ ਮੈਂ ਵੀ ਨਾ ਕਹਿੰਦਾ ਆਂਟੀ ਬੇਫਿਕਰ ਹੋ ਤੁਸੀਂ ਟੈਨਸ਼ਨ ਨਾ ਲਓ ਕਹਿੰਦਾ ਟੈਨਸ਼ਨ ਫਰੀ ਹੋ ਕੇ ਜਾਓ ਘਰ ਨੂੰ ਮੈਂ ਉਹਨੂੰ ਬੱਸ ਮਾਂ ਬਿਠਾ ਕੇ ਕਰਕੇ ਫਿਰ ਆਈ ਹਾਂ ਸਾਰੀ ਉਹ ਤੀ ਜਨਾਨੀਆਂ ਵੀ ਤੀ ਕਿ ਜਨਾਨੀਆਂ ਕੋਈ ਨਹੀਂ ਦੇਖ ਸਕਦੀ ਤੀ ਕੋਈ ਜਿਹੜੇ ਜਾ ਰਹੇ ਆ ਕੋਈ ਉਹ ਆ ਵੀ ਭਾਈ ਸਾਡੇ ਦੋ ਬੱਚੇ ਹੋਰ ਰਹਿ ਗਏ ਵਿੱਚ ਸੰਗਤ ਤਾਂ ਨਾਲ ਹੁੰਦੀ ਉਹ ਹੈ ਸੰਗਤ ਤਾਂ ਸਭ ਨੂੰ ਆਪਣੇ ਬੱਚੇ ਸਮਝਦੀ ਹੈ ਉਸ ਟਾਈਮ ਬਾਹਰ ਗਿਆ ਤਾਂ ਸਾਰੇ ਆਪਣੇ ਹੁੰਦੇ ਆ ਚਾਹੇ ਛੋਟਾ ਚਾਹੇ ਵੱਡਾ ਕੋਈ ਵੀ ਗੱਲ ਕਰੀਏ ਆਂਟੀ ਤੁਹਾਡਾ ਬੇਟਾ ਗਿਆ ਆਪਣੇ ਤੁਹਾਡੇ ਪੋਤੇ ਨੂੰ ਲੱਭਣ ਲਈ ਬੇਟੇ ਨਾਲ ਕੋਈ ਗੱਲ ਹੋਈ ਹੈ ਵੀ ਮਤਲਬ ਕੁਛ ਉੱਥੇ ਪ੍ਰਸ਼ਾਸਨ ਕਿੰਨਾ ਸਪੋਰਟ ਕਰ ਰਿਹਾ ਉਹ ਕਹਿੰਦੇ ਕੁਛ ਨਹੀਂ ਸੁਣਾਈ ਹੋ ਰਹੀ ਵੀ ਨਾ ਅਸੀਂ ਫੋਟੋਆਂ ਲੈ ਕੇ ਵੀ ਫਿਰ ਰਹੇ ਹਾਂ ਸਾਰਾ ਕੁਛ ਦੁਕਾਨਾਂ ਵਾਲਿਆਂ ਕੋਲ ਹੋਰਾਂ ਕੋਲ ਸਭ ਕੁਛ ਜਾਇਆ ਏ ਪਰ ਕੋਈ ਸੁਣਾਈ ਨਹੀਂ ਹੈ ਕੋਈ ਨਹੀਂ ਉਹ ਹੋ ਰਿਹਾ ਵੀ ਉਰੇ ਤਾਂ ਸਾਨੂੰ ਪੁਲਿਸ ਮਾਂ ਫੋਨ ਕਰਿਆ ਤਾਂ ਵੀ ਚੱਲ ਕੋਈ ਜਾਣ ਪਛਾਣ ਤਾਂ ਉਸ 'ਤੇ ਕਰਵਾਇਆ ਤਾਂ ਉਹ ਕਹਿੰਦੇ ਕਹਿੰਦੇ ਜੀ ਇਲੈਕਸ਼ਨ ਚੱਲ ਰਹੇ ਅਸੀਂ ਤਾਂ ਇਲੈਕਸ਼ਨਾਂ ਮਾਂ ਬੀਜੀ ਆ ਉਸ ਤੋਂ ਬਾਅਦ ਦੇਖਾਂਗੇ ਜੋ ਹੋਇਆ ਉਸ ਤੋਂ ਬਾਅਦ ਸਾਨੂੰ ਬੱਚਾ ਚਾਹੀਦਾ ਕਿ ਤੁਹਾਡੀ ਇਲੈਕਸ਼ਨਾਂ ਚਾਹੀਦੀਆਂ ਫਿਰ ਸਾਨੂੰ ਇਲੈਕਸ਼ਨਾਂ 'ਤੇ ਕਹਿ ਲੈਣਾ ਸਾਡੇ ਬੱਚੇ ਵੀ ਤਾਂ ਆਉਣੇ ਚਾਹੀਦੇ ਆ ਘਰ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਬੱਚੇ ਘਰ ਆਉਣੇ ਚਾਹੀਦੇ ਆ ਜੀ ਸਾਡੇ ਆਪਣੇ ਜਿਸ ਤਰ੍ਹਾਂ ਅਸੀਂ ਬੱਚੇ ਭੇਜੇ ਹਾਂ ਉਸ ਤਰ੍ਹਾਂ ਬੱਚੇ ਸਾਡੇ ਘਰ ਆਉਣੇ ਚਾਹੀਦੇ ਆ ਦੋਨੋਂ ਬੱਚੇ ਘਰ ਆਵੇ ਕਿ ਡਾਕਟਰ ਚਮਨ ਨਾਲ ਤੁਹਾਡੀ ਕੋਈ ਗੱਲ ਹੋਈ ਹੈ ਨਹੀਂ ਅਜੇ ਕੋਈ ਗੱਲ ਨਹੀਂ ਹੋਈ ਉਹ ਆ ਚੁੱਕੇ ਆ ਬੱਸ ਨਾਲ ਉੱਥੇ ਆ ਉੱਥੇ ਆ ਉਹ ਅਜੇ ਮੁੰਡੇ ਗੱਲ ਹੋਈ ਆ ਸ਼ਿਬੂ ਗੱਲ ਬਸ ਸਾਡੇ ਗੱਲ ਕੋਈ ਗੱਲ ਨਹੀਂ ਹੋਈ ਵੀ ਉਹ ਜਿਹੜਾ ਮੁੰਡਾ ਆ ਰਿਹਾ ਜਿਹੜਾ ਲੈ ਕੇ ਗਿਆ ਤਾਂ ਆਪਣੀ ਜ਼ਿੰਮੇਵਾਰੀ ਪਰ ਉਹ ਆ ਰਿਹਾ ਉਸਨੂੰ ਪੁੱਛਾਂਗੇ ਦੇਖ ਹੁਣ ਜਾਵਾਂਗੇ ਫਿਰ ਪੁੱਛਾਂਗੇ ਵੀ ਕਿਆ ਗੱਲ ਹੋਈ ਆ ਤੂੰ ਪੂਰੀ ਗੱਲ ਦੱਸ ਸਾਨੂੰ ਵੀ ਤੂੰ ਕਿਉਂ ਨਹੀਂ ਲੈ ਕੇ ਆਇਆ ਵੀ ਸਾਡੇ ਮੁੰਡੇ ਨੂੰ ਤੂੰ ਕਹਿ ਰਿਹਾ ਤਾਂ ਆਂਟੀ ਬੇਫਿਕਰ ਹੋ ਜਿਹਦਾ ਕਿ ਨਾਮ ਤੁਸੀਂ ਦੱਸ ਰਹੇ ਹੋ ਮੁੰਡਾ ਲੈ ਕੇ ਗਿਆ ਸੀ ਹਾਂ ਕਿੰਨੀ ਉਮਰ ਦਾ ਉਹ ਰਾਹੁਲ ਰਾਹੁਲ ਹਾਂ ਵੀ 22 ਸਾਲ ਦਾ ਤਾਂ ਹੋਏਗਾ ਜੀ ਉਹ ਲੈ ਕੇ ਗਏ ਆ ਜ਼ਿੰਮੇਦਾਰੀ 'ਤੇ ਵੀ ਭੇਜ ਦਿਉ ਆਂਟੀ ਕੋਈ ਨਹੀਂ ਭੇਜ ਦਿਉ ਧੱਕੇ 'ਤੇ ਉਹ ਲੈ ਕੇ ਗਏ ਅਸੀਂ ਤਾਂ ਭੇਜ ਹੀ ਨਹੀਂ ਰਹੇ ਅਤੇ ਬਹੁਤ ਮਨਾ ਕਰਿਆ ਉਹ ਫੋਨ ਕਰੀ ਗਿਆ ਕਰੀ ਗਿਆ ਕਿਉਂ ਆ ਚੁੱਕਿਆ ਰਾਹੁਲ ਘਰ ਆ ਚੁੱਕਿਆ ਇਸ ਟਾਈਮ ਆ ਗਈ ਬਸ ਆ ਗਈ ਕਹਿੰਦੇ ਹੁਣ ਜਾ ਕੇ ਆਵਾਂਗੇ ਉਸਕੇ ਘਰ ਪੁੱਛ ਕੇ ਆਉਂਦੀ ਹਾਂ ਵੀ ਗੱਲ ਕਿਆ ਹੋਈ ਤੀ ਭਾਈ